ਗੁਰਦਾਸਪੁਰ ਵਿੱਚ ਚੋਰੀ ਦੀਆਂ ਘਟਨਾਵਾਂ ਵੱਧਦੀਆਂ ਹੀ ਜਾ ਰਹੀਆਂ ਨੇ। ਇਹ ਸੀਸੀਟੀਵੀ ਵਿੱਚ ਕੈਦ ਵੀਡੀਓ ਜੋ ਤੁਸੀਂ ਦੇਖ ਰਹੇ ਹੋ, ਇਹ ਗੁਰਦਾਸਪੁਰ ਚ ਕਲਾਨੌਰ ਵਿੱਚ ਸਥਿਤ ਕਲੋਨੀ ਦੀਆਂ ਨੇ, ਜਿਸ ਵਿੱਚ ਘਰ ਦੇ ਬਾਹਰੋਂ ਇੱਕ ਸ਼ਾਤਿਰ ਚੋਰ ਐਕਟਿਵਾ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਗਿਆ। ਪੀੜਿਤ ਨੇ ਦੱਸਿਆ ਕਿ ਟਿਊਸ਼ਨ ਤੋਂ ਵਾਪਸ ਆ ਕੇ ਉਸਨੇ ਐਕਟਿਵਾ ਘਰ ਦੇ ਬਾਹਰ ਹੀ ਲਗਾ ਦਿੱਤੀ ਸੀ ਅਤੇ ਜਦੋਂ ਕੁਝ ਦੇਰ ਬਾਅਦ ਉਹ ਘਰ ਦੇ ਬਾਹਰ ਆਈ ਤਾਂ ਐਕਟਿਵਾ ਚੋਰੀ ਹੋ ਚੁੱਕੀ ਸੀ। ਪੀੜਿਤ ਵੱਲੋਂ ਪੁਲਿਸ ਨੂੰ ਚੋਰੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਮੈਂ ਟਿਊਸ਼ਨ ਤੋਂ ਵਾਪਸ ਆ ਕੇ ਇੱਥੇ ਬਾਹਰ ਸਕੂਟਰੀ ਲਗਾਈ ਸੀ ਤੇ ਫਿਰ ਮੈਂ ਸਕੂਟਰੀ ਲਗਾ ਕੇ ਅੰਦਰ ਚਲੀ ਗਈ ਤੇ ਥੋੜੀ ਦੇਰ ਬਾਅਦ ਬਾਹਰ ਆ ਕੇ ਦੇਖਿਆ ਤੇ ਸਕੂਟਰੀ ਗਾਇਬ ਸੀ। ਫਿਰ ਬਾਅਦ ਚੋਂ ਮੈਂ ਆਪਣੇ ਘਰਦਿਆਂ ਨੂੰ ਇਨਫੋਰਮ ਕੀਤਾ ਕਿ ਸਕੂਟਰੀ ਬਾਹਰ ਨਹੀਂ ਆ। ਫਿਰ ਅਸੀਂ ਸੀਸੀਟੀਵੀ ਫੁਟੇਜ ਤੋਂ ਚੈੱਕ ਕੀਤਾ ਕੈਮਰੇ ਤੋਂ ਤੇ ਉੱਥੋਂ ਪਤਾ ਚੱਲਿਆ ਕਿ ਇੱਕ ਅਣਜਾਣ ਆਦਮੀ ਇੱਥੇ ਬਾਹਰ ਘੁੰਮ ਰਿਹਾ ਸੀ, ਇੱਦਾਂ ਹੀ ਚੈੱਕ ਕਰਨ ਦਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਉਹਨੇ ਸਕੂਟਰੀ ਨੂੰ ਪਹਿਲੀ ਚਾਬੀ ਲਗਾਈ ਤੇ ਨਹੀਂ ਲੱਗੀ, ਦੂਸਰੀ ਲਗਾਈ ਤੇ ਉਹ ਲੱਗ ਗਈ ਤੇ ਫਿਰ ਸਕੂਟਰੀ ਨੂੰ ਇਸ ਤਰ੍ਹਾਂ ਉਹ ਲੈ ਗਿਆ ਜੀ। ਫਿਰ ਮੇਰੇ ਪਾਪਾ ਨੇ ਥਾਣੇ ਤੇ ਜਾ ਕੇ ਰਿਪੋਰਟ ਲਿਖਵਾਈ ਇਸ ਬਾਰੇ ਤੇ ਹੁਣ ਆਪਾਂ ਇਹੀ ਉਮੀਦ ਰੱਖਦੇ ਹਾਂ ਕਿ ਸਾਨੂੰ ਸਾਡੀ ਸਕੂਟਰੀ ਵਾਪਸ ਮਿਲੇਗੀ ਤੇ ਇਸ ਤਰੀਕੇ ਦੇ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਆਪਾਂ ਚਾਹੁੰਦੇ ਹਾਂ ਕਿ ਉਹਨਾਂ 'ਤੇ ਵੀ ਰੋਕ ਲੱਗੇ। ਜਿਸ ਤਰੀਕੇ ਨਾਲ ਹੁਣ ਗਲੀਆਂ ਵਿੱਚ ਵੀ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ, ਆਪਾਂ ਸਾਰਿਆਂ ਨੂੰ ਇਹੀ ਸਤਰਕ ਕਰਨਾ ਚਾਹੁੰਦੇ ਹਾਂ ਕਿ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਨਾ ਵਾਪਰਨ, ਸਾਰੇ ਸਤਰਕ ਹੋ ਜਾਣ ਤੇ ਪੰਜਾਬ ਪੁਲਿਸ ਵੀ ਜਿਹੜੀ ਉਹ ਵੀ ਸਤਰਕ ਹੋ ਜੇ। ਉੱਥੇ ਹੀ SHO ਸ਼ਾਮ ਲਾਲ ਨੇ ਕਿਹਾ ਕਿ ਚੋਰਾਂ ਨਾਲ ਸਖਤੀ ਵਰਤੀ ਜਾਵੇਗੀ ਤਾਂ ਜੋ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਸ਼ਹਿਰ ਵਿੱਚ ਕੋਈ ਵੀ ਗੁੰਡਾਗਰਦੀ ਜਿਹੜੀ ਆ ਸਹਿਣ ਨਹੀਂ ਕੀਤੀ ਜਾਵੇਗੀ, ਕੋਈ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ, ਜੇ ਕੋਈ ਚੋਰ ਚੋਰੀ ਕਰਦਾ ਫੜਿਆ ਜਾਊਗਾ ਉਹਨੂੰ ਵੀ ਬਖਸ਼ਿਆ ਜਾਊਗਾ, ਇਸ ਕਾਨੂੰਨ ਦੇ ਮੁਤਾਬਕ ਉਹਨੂੰ ਸਜ਼ਾ ਦਿੱਤੀ ਜਾਵੇਗੀ। ਕੋਈ ਵੀ ਗੰਦੇ ਅਨਸਰ ਜਿਹੜੇ ਹੈ ਉਹਨਾਂ ਨੂੰ ਮੈਂ ਅਪੀਲ ਕਰਦਾ ਵੀ ਉਹ ਇਹ ਸ਼ਹਿਰ ਛੱਡ ਕੇ ਭੱਜਣ। ਮੈਨੂੰ ਇਹਦੇ ਵਾਸਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਚਾਹੀਦਾ, ਜੋ ਮੇਰਾ ਪੂਰਾ ਸਹਿਯੋਗ ਕਰ ਰਹੇ ਨੇ। ਜਿੰਨਾ ਵੱਧ ਤੋਂ ਵੱਧ ਸਹਿਯੋਗ ਕਰਨਗੇ ਉਹਨਾਂ ਹੀ ਆਪਾਂ ਆਪਣਾ ਸਿਟੀ ਜਿਹੜਾ ਸੁੰਦਰ ਬਣਾ ਸਕਾਂਗੇ ਅਤੇ ਨਸ਼ਿਆਂ ਤੋਂ ਮੁਕਤ ਕਰ ਸਕਾਂਗੇ। ਇਹ ਸਾਰਾ ਕੰਮ ਜੋ ਵੀ ਹੋ ਰਿਹਾ ਇਹ ਸਭ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋ ਰਿਹਾ ਔਰ ਗਾਂ ਤੋਂ ਇਹਨੂੰ ਹੋਰ ਤੇਜ਼ ਕੀਤਾ ਜਾਏਗਾ ਤਾਂ ਜੋ ਕੋਈ ਵੀ ਗੰਦਾ ਅਨਸਰ, ਕੋਈ ਵੀ ਨਸ਼ੇੜੀ, ਕੋਈ ਨਸ਼ੇ ਵੇਚਣ ਵਾਲਾ ਜਾਂ ਕੋਈ ਚੋਰ ਵਗੈਰਾ ਚੋਰੀ ਕਰਨ ਵਾਲਾ ਜਿਹੜਾ ਉਹ ਸਿਰ ਨਾ ਚੁੱਕ ਸਕੇ। ਉਹਦੇ ਖਿਲਾਫ਼ ਜੇ ਕੋਈ ਚੋਰੀ ਹੁੰਦਾ ਉਹਨੂੰ ਆਪਾਂ ਫੜਦੇ ਹਾਂ, ਉਹਨੂੰ ਵਾਪਸ ਵੀ ਦਵਾਈਦਾ, ਪਰਚਾ ਵੀ ਦਾ, ਜੋ ਕਾਨੂੰਨੀ ਕਾਰਵਾਈ ਹੁੰਦੀ ਹੈ ਮੈਂ ਕਰ ਦਿੰਦਾ ਉਹਦੇ ਖਿਲਾਫ਼, ਔਰ ਕਿਸੇ ਵੀ ਚੋਰੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ ਇੱਥੇ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ, ਖਬਰ ਹਰ ਪਲ ਇੰਡੀਆ।